ਅਗਲੇ ਸਟੂਡੈਂਟ ਲਖਵਿੰਦਰ ਕੌਰ ਕੈਨੇਡਾ ਦਾ ਇਹਨਾਂ ਦਾ ਵੀ ਵੀਜ਼ਾ ਆ ਗਿਆ ਕੰਗ੍ਰੈਚੁਲੇਸ਼ਨ ਲਖਵਿੰਦਰ ਥੈਂਕ ਯੂ ਮੈਮ ਥੈਂਕ ਯੂ ਸੋ ਮਚ ਹਾਂਜੀ ਮੈਮ ਆਈ ਐਮ ਸੋ ਹੈਪੀ ਠੀਕ ਹੈ ਜੀ ਸੋ ਲਖਵਿੰਦਰ ਕੀ ਪ੍ਰੋਫਾਈਲ ਹੈ ਤੁਹਾਡਾ ਮੈਮ ਓਵਰਆਲ 6 ਬੈਂਡ ਹੈ ਇੱਕ ਮੋਡਿਊਲ ਚ 5.5 ਓਕੇ ਐਂਡ ਮੈਂ ਸੇਂਟਲੇ ਕਾਲਜ ਜਾ ਰਹੀ ਹਾਂ ਓਕੇ ਸੋ ਕਿਹੜੇ ਕੋਰਸ ਵਾਸਤੇ ਜਾ ਰਹੇ ਹੋ ਮੈਮ ਕੋਰਸ ਕੰਪਿਊਟਰ ਸਿਸਟਮ ਟੈਕਨੀਸ਼ੀਅਨ ਨੈਟਵਰਕਿੰਗ ਕਿੰਨੀ ਦੇਰ ਦਾ ਕੋਰਸ ਹੈ 2 ਇਅਰਸ ਕੋਰਸ ਹੈ 2 ਇਅਰ ਓਕੇ ਇੱਥੇ ਕੀ ਸਟੱਡੀ ਕੀਤੀ ਹੈ ਇੱਥੇ ਮੈਮ ਬੈਚਲਰ ਆਫ ਸਾਇੰਸ ਇਨਫੋਰਮੇਸ਼ਨ ਟੈਕਨੋਲੋਜੀ ਕਦੋਂ ਕੀਤੀ ਕੰਪਲੀਟ ਮੈਮ 16 ਦੇ ਵਿੱਚ 16 ਫਿਰ ਇੰਨਾ ਗੈਪ ਆ ਗਿਆ ਹਾਂਜੀ ਮੈਮ ਉਸ ਤੋਂ ਬਾਅਦ ਮੇਰੀ ਮੈਰਿਜ ਹੋ ਗਈ ਸੀ ਅਤੇ ਕੁਛ ਫੈਮਿਲੀ ਇਸ਼ੂ ਸੀਗੇ ਅਤੇ ਫਿਰ ਮੈਰਿਜ ਤੋਂ ਬਾਅਦ ਫਿਰ ਹੁਣ ਆ ਕੇ ਸੋਚਿਆ ਕਿ ਕੈਨੇਡਾ ਚਲੇ ਜਾਂਦੇ ਹਾਂ ਹਾਂਜੀ ਇੱਥੇ ਫੈਮਿਲੀ ਇਸ਼ੂ ਇੱਥੇ ਰਹਿਣ ਦਿਓ ਆਪਾਂ ਕੈਨੇਡਾ ਨਿਕਲ ਜਾਂਦੇ ਹਾਂ ਹਾਂਜੀ ਮੈਮ ਪਹਿਲਾਂ ਮੈਂ ਬੈਚਲਰ ਹੋਲਡਰ ਸੀ ਲੇਕਿਨ ਫਿਰ ਉਸ ਤੋਂ ਬਾਅਦ ਫਰੈਂਡਸ ਨੇ ਵੀ ਰਿਕਮੈਂਡ ਕੀਤਾ ਕਿ ਇੱਥੇ ਸਟੱਡੀ ਹੋ ਸਕਦੀ ਹੈ ਸਟੱਡੀ ਅਬਰੋਡ ਦੈਟਸ ਆਈ ਐਮ ਵਾਂਟ ਟੂ ਗੋ ਠੀਕ ਹੈ ਅਤੇ ਕਿੱਦਾਂ ਪਤਾ ਲੱਗਾ ਤੁਹਾਨੂੰ ਲੈਂਡਮਾਰਕ ਦਾ ਲੈਂਡਮਾਰਕ ਮੈਮ ਨੋਨ ਦੇ ਵਿੱਚ ਬਹੁਤ ਸਾਰੇ ਬੱਚੇ ਗਏ ਨੇ ਇੱਥੋਂ ਅਤੇ ਮਤਲਬ ਪੂਰਾ ਟਰੱਸਟ ਸੀਗਾ ਕਿ ਉਹ ਮੇਰਾ ਸੁਪਨਾ ਜ਼ਰੂਰ ਸਾਕਾਰ ਕਰਨਗੇ ਸੋ ਮੈਂ ਫਸਟਲੀ ਇੱਥੇ ਵਿਜ਼ਿਟ ਕੀਤਾ ਸੀ ਅਤੇ ਮੈਂ ਅੱਗੇ ਵੀ ਰਿਕਮੈਂਡ ਕਰੂੰਗੀ ਹਰ ਇੱਕ ਸਟੂਡੈਂਟ ਨੂੰ ਕਿ ਉਹ ਫਸਟਲੀ ਇੱਥੇ ਵਿਜ਼ਿਟ ਕਰਨਾ ਚਾਹੀਦਾ ਉਹਨਾਂ ਨੂੰ ਲੈਂਡਮਾਰਕ ਇਮੀਗ੍ਰੇਸ਼ਨ ਦੇ ਵਿਜ਼ਿਟ ਕਰੋ ਅਤੇ ਤੁਹਾਡੇ ਸੁਪਨੇ ਜ਼ਰੂਰ ਸਾਕਾਰ ਹੋਣਗੇ ਬਿਲਕੁਲ ਕਿੰਨੀ ਦੇਰ 'ਚ ਆ ਗਿਆ ਸੀ ਵੀਜ਼ਾ ਮੈਮ 7 ਡੇ ਦੇ ਵਿੱਚ ਆ ਗਿਆ ਨਾਈਸ ਅਤੇ ਕਿਹੜੇ ਇਨਟੇਕ ਵਾਸਤੇ ਮੇਨ ਇਨਟੇਕ ਮੈਮ ਓਕੇ ਨਾਲ ਕੌਣ ਨੇ ਪਾਸਪੋਰਟ ਬੈਸਟ ਆਫ ਲੱਕ